ਡਾਕਟਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਅੰਗ ਸੰਗ ਅੱਜ ਭੋਗ ਪੈ ਗਿਆ ਸੀ ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ ਇਹਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸਦਾਨਤ ਹੋ ਗਿਆ ਸੀ ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ ਪਰ ਜਿਸ ਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵਕਫ ਵਕਫ ਰੂਪਾਂਚ ਅਸਰ ਅੰਦਾਜ਼ ਹੋਣਾ ਸੀ ਸਾਰਾ ਪਰਿਵਾਰ ਹਨੇਰੀ ਰਾਤ ਚ ਬਾਹਰ ਆਪੋ ਆਪਣੀਆਂ ਮੰਜੀਆਂ ਤੇ ਲੇਟਿਆ ਹੋਇਆ ਸੀ ਇੱਕ ਚੁੱਪ ਹਨੇਰੇ ਵਾਤਾਵਰਨ ਚ ਢਣੀ ਹੋਈ ਸੀ ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ ਹੱਸਦਾ ਗੁੱਸੇ ਹੁੰਦਾ ਰੋਂਦਾ ਮੱਝਾਂ ਚੋਂਦਾ ਪੱਠੇ ਕੁੱਤਰ ਦਾ ਡੰਗਰ ਖੋਲਦਾ ਬੰਨਦਾ ਉਹਨਾਂ ਨੂੰ ਪਾਣੀ ਪਿਉਂਦਾ ਹਲਵਾਉਂਦਾ ਜੀਆਂ ਨੂੰ ਵਰਚਾਉਂਦਾ ਮਾਰਦਾ ਕੁੱਟਦਾ ਵੱਖ-ਵੱਖ ਰੂਪਾਂ ਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ ਉਹ ਚੁੱਪ ਬੁੱਲਾਂ ਨਾਲ ਪੋਸਟਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ ਸੰਗ ਸੀ। ਇਸੇ ਘਰ ਵਿੱਚ ਸੀ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਅੱਗੇ ਸੁੱਤਾ ਹੋਇਆ ਸ਼ਰਾਬ ਚ ਗੁੱਟ। ਅਮਰੀਕ ਜੋ ਪਿੰਡੋਂ ਦੂਰ ਕਿਦਰੇ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ, ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ। ਜਿਹੜੇ ਦਿਨ ਉਹਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿਛੇ ਇੱਕ ਕਾਲੇ ਪਰਛਾਵੇਂ ਵਾਂਗ ਉਹਦੇ ਨਾਲ-ਨਾਲ ਤੁਰੇ ਸਨ। ਇਹਨਾਂ ਦਿਨਾਂ ਤੋਂ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਜਿਵੇਂ ਕੋਲੇ ਵੜ ਕੇ ਨੂੰ ਹਲੀਂ ਜੋ ਦਿੱਤਾ ਹੋਵੇ ਜਿਵੇਂ ਬਹੁਤ ਵੱਡਾ ਪਹਾੜੀ ਭਾਰ ਉਹਦੇ ਸਿਰ ਤੇ ਆ ਪਿਆ ਹੋਵੇ ਉਹਨੂੰ ਤਾਂ ਜੇ ਇਹਦਾ ਚਿੱਤ ਚੇਤਾ ਵੀ ਨਹੀਂ ਸੀ ਉਹਨੂੰ ਤਾਂ ਛੋਟਾ ਮੰਦਰ ਲੈਣ ਗਿਆ ਸੀ ਤੇ ਉਦੋਂ ਹੀ ਪਤਾ ਲੱਗਾ ਸੀ ਵੀ ਕਰਤਾਰ ਸਿੰਘ ਨੇ ਖਬਰੀ ਰਾਤੀ ਪਤਾ ਨਸ਼ਾ ਪੀ ਲਿਆ ਜਾਂ ਖਬਰੀ ਵਾ ਵਜ ਗਈ ਸੀ ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾ ਅੱਗੇ ਸੁੱਤੇ ਨੂੰ ਅਮਰੀਕ ਦੀ ਮਾਂ ਜਾਗੀਰ ਕੋਰ ਜਗਾਉਣ ਗਈ ਉਹ ਬਿਹੋਰਪਿਆ ਸੀ ਸਾ ਕਰੜ ਕਰੜ ਕਰਕੇ ਆ ਰਿਹਾ ਸੀ ਉਸੇ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਤੇ ਉਹਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਹਨੂੰ ਸ਼ਹਿਰ ਹਸਪਤਾਲ ਲਿਆਂਦਾ ਸੀ ਤੇ ਦੂਜੇ ਦਿਨ ਮਹਿੰਦਰ ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਕੁਸਮਸੇਟ ਪਿੰਡ ਲਿਆਏ ਸਨ ਤੇ ਵੱਡੀ ਕੁੜੀ ਬੰਸੋ ਨੇ ਜੋ ਪਿਓ ਦੀ ਬਿਮਾਰੀ ਸੁਣ ਕੇ ਸਹਰਿਓ ਆ ਗਈ ਹੋਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਗਲੀਆਂ ਸਿਰ ਤੇ ਚੁੱਕ ਲਈਆਂ ਤੇ ਉਹ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ ਤੇ ਆ ਡਿੱਗੀ। ਵੇ ਮੇਰੇ ਆ ਰਾਜਾ ਬਾਬਲਾ ਸਾਨੂੰ ਵਿਲਖਦਿਆਂ ਯਤੀਮਾਂ ਨੂੰ ਛੱਡ ਕੇ ਕਿੱਧਰ ਤੁਰ ਗਏੋਂ ਵੇ? ਤੇਰੇ ਬਿਨਾ ਉੱਜੜ ਗਏ ਸੀ ਵਸਦੇ ਨਗਰ 'ਚ। ਤੇ ਸਾਰਾ ਪਰਿਵਾਰ ਤਾਂ ਹਮਾਰ ਰਿਆ ਸੀ ਲੋਕ ਜੁੜ ਗਏ ਸਨ ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ ਤੇ ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਘਰ ਦਾ ਸਾਈਂ ਤੁਰ ਗਿਆ ਸੀ ਤੇ ਪਿੱਛੇ ਰਹਿ ਗਈਆਂ ਸਨ ਅਫਸੋਸ ਲਈ ਆਏ ਲੋਕਾਂ ਦੀਆਂ ਦਿਲਵਰੀਆਂ ਅਮਰੀਕ ਸਿਆਂ ਫਿਕਰ ਨਾ ਕਰ ਜੋ ਆਇਆ ਸੋ ਚੱਲ ਸੀ ਮਹਾਰਾਜ ਚ ਲਿਖਿਆ ਜਗ ਚਲਣੀ ਸਰਾਂ ਵੱਡੇ ਵੱਡੇ ਲੱਦਗੇ ਰੋਣ ਰੋਣਰਗੇ ਜਿਨਾ ਕਾਲ ਪਾਵੇ ਨਾਲ ਵੱਧਾ ਸੀ ਪਰ ਬੰਦਾ ਉਮਰ ਨਾਲ ਜਾਵੇ ਹਿਰਖ ਨਹੀਂ ਹੁੰਦਾ ਉਹਨੂੰ ਲੈ ਬੈਠੇ ਉਹਦੇ ਵੈਲ ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ ਮਰਿਆ ਨਾਲ ਮਰਿਆ ਨਹੀਂ ਜਾਂਦਾ ਹੀਰਿਆ ਹੁਣ ਤਾਂ ਛੇਰਾ ਟੱਬਰ ਦਾ ਭਾਰ ਸੇਰ ਹੈ ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਲਈ ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ ਉਹਨੂੰ ਇੱਕ ਤਰ੍ਹਾਂ ਵੜ ਪਾ ਲਿਆ ਸੀ ਨਾਗਵੰਦ ਇਸ ਨਾਮ ਦਾ ਪਹਿਲਾ ਡੰਗ ਉਹਨੂੰ ਉਦੋਂ ਵੱਜਿਆ ਸੀ ਜਦੋਂ ਸੋਸਾਇਟੀ ਦਾ ਇਨਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8 ਦਿਨ ਪਿਛੋਂ ਆਪਣੇ ਅਮਲੇ ਸਮੇਤ ਜੀਪ ਤੇ ਆਇਆ ਸੀ ਤੇ ਉਹਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਕੇ ਸਾਡੇ 1600 ਰੁਪਏ ਖਾਦ ਦੇ ਕਰਜ਼ੇ ਵੱਜੋ ਉਦੇ ਪਿਓ ਦੇ ਨਾਂ ਤੇ ਦੱਸਦਿਆਂ ਕਿਹਾ ਸੀ ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕਮੁਸਤ ਜਮ੍ਹਾਂ ਕਰਾਉਣੇ ਪੈਣੇ ਆ ਤੇ ਅਮਰੀਕ ਨੂੰ ਅੱਗੋਂ ਕੁਝ ਔੜ ਹੀ ਨਹੀਂ ਸੀ ਰਿਆ ਕੁਝ ਮੁੱਲਤ ਜਾਂ ਰਾਇਤ ਮੰਗਣ ਤੇ ਇਨਸਪੈਕਟਰ ਨੇ ਕਿਹਾ ਸੀ ਵੀ ਉਹ ਦੋ ਕਿਸ਼ਤਾਂ 'ਚ ਪੈਸੇ ਚੁੱਕਦੇ ਕਰ ਦਵੇ ਪਹਿਲੀ ਕਿਸ਼ਤ ਲਈ ਉਹਨੇ 15 ਦਿਨਾਂ ਦੀ ਮੁੱਲਤ ਦਿੱਤੀ ਸੀ ਤੇ ਇਹ ਰਾਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਰਿਹਾ ਸੀ ਛੋਟਾ ਮਹਿੰਦਰ ਕੋਈ ਬਹੁਤਾ ਸਾਉ ਨਹੀਂ ਸੀ ਨਿਕਲਿਆ ਉਹਦਾ ਵਾਈਵਲ ਕੋਈ ਬਹੁਤਾ ਧਿਆਨ ਨਹੀਂ ਸੀ ਡੰਗਰ ਧੁੱਪੇ ਛੜਦੇ ਰਹਿੰਦੇ ਉਹ ਹਜ਼ਾਰੀ ਟੁੰਡੇ ਦੇ ਕੋਠੇ ਤੇ ਉੱਡਦੇ ਆ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਪਿਓ ਨੂੰ ਅੱਗੋਂ ਸਿੱਧਾ ਆਉਂਦਾ ਸੀ ਉਹ ਤੋਂ ਮੋੜੇ ਨਾਲ ਮੋੜਾ ਜੋੜ ਕੇ ਸੰਕਟ ਤੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ ਉਹ ਤੋਂ ਛੋਟੀ ਕੁੜੀ ਜੇਸਾ ਟੂ ਇੰਚ ਪੜਦੀ ਸੀ ਅਮਰੀਕ ਨੇ ਸੋਚਿਆ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਹੱਥੀ ਵਿਆਹ ਗਿਆ ਸੀ ਨਹੀਂ ਤਾਂ ਤੇ ਉਸ ਲੰਮਾ ਹੋਕਾ ਭਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ ਤੇ ਭਾਵੇਂ ਫੀਮ ਖਾਂਦਾ ਸੀ ਅਮਰੀਕ ਨੂੰ ਤਾਂ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਉਹ ਤਾਂ ਮਹੀਨੇ ਵਿੱਚ ਵੱਧੀ ਤਨਖਾਹ ਆਪਣੇ ਵਰਤਨ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥੇ ਲਿਆ ਰੱਖਦਾ ਸੀ ਤਨਖਾਹ ਨਾਲ ਤੇ ਮਾੜੀ ਚੰਗੀ ਵਾਈ ਨਾਲ ਉਹ ਘਰ ਦਾ ਸਾਰਾ ਖਰਚ ਧੋਰੀ ਫਿਰਦੇ ਸੀ ਅਮਰੀਕ ਨੇ ਕਦੀ ਡੁੰਗਾਈ 'ਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਤੇ ਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜਜੀ ਸੀ ਜੋ ਮਰਜੀ ਕਰੋ ਮੇਰੇ ਵੱਲੋਂ ਉਹਦਾ ਕੁਝ ਇੰਜ ਦਾ ਰਵਈਆ ਰਿਹਾ ਸੀ ਉਹ ਅੰਦਰੋਂ ਅੰਦਰੀ ਪਿਓ ਤੋਂ ਦੂਰ ਨਾ ਹੁੰਦਾ ਖਬਰੇ ਉਹਨੂੰ ਪਿਆਰ ਕਰਦਾ ਸਮਝਾਉਂਦਾ ਉਹ ਇਸ ਹੱਦ ਤੱਕ ਨਾ ਵੱਧਦਾ ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਚ ਰੁੜ ਗਿਆ ਸੀ ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ ਉਹਦੀਆਂ ਅੱਖਾਂ 'ਚ ਪਾਣੀ ਤਰ ਆਇਆ ਉਹਨੇ ਅੱਖਾਂ ਕੁੱਟ ਕੇ ਮੀਟੀਆਂ ਫਿਰ ਖੋਲੀਆਂ ਅੱਖਾਂ ਵਿੱਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ ਸੀ ਕਈ ਸਾਲਾਂ ਤੋਂ ਪਿਓ ਨਾਲ ਕੁੱਟਿਆ-ਕੁੱਟਿਆ ਰਿਹਾ ਸੀ ਉਹਨਾਂ ਇੱਕ ਦੂਜੇ ਨਾਲ ਕਦੀ ਘਟਵਾਦੀ ਦਿਲ ਦੀ ਗੱਲ ਕੀਤੀ ਸੀ। ਉਹਨੂੰ ਕਈ ਅਜੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ, ਪਿਆਰ ਕਰਦੇ, ਗੱਲਾਂ ਕਰਦੇ ਸਨ। ਉਹ ਵੀ ਤਾਂ ਐਂਡ ਕਰ ਸਕਦਾ ਸੀ ਪਰ ਉਹ ਕੁਝ ਵੀ ਨਹੀਂ ਸੀ ਕਰ ਸਕੇ ਤੇ ਉਹਦਾ ਪਿਓ ਤੁਰ ਗਿਆ ਸੀ। ਛੋਟੀ ਉਮਰ ਚੀ 45 ਸਾਲ ਵੀ ਕੋਈ ਉਮਰ ਹੁੰਦੀ ਹੈ। ਉਹਦੇ ਅੰਦਰ ਭਰਵੀ ਰੀਤ ਜਾਗੀ ਕਾਸ਼ ਕਿਤੇ ਉਹਦਾ ਪਿਓ ਜਿਉਂਦਾ ਹੋ ਜਾਏ ਤੇ ਉਸ ਨਾਲ ਇੰਨਾ ਪਿਆਰ ਕਰੇ, ਇੰਨਾ ਪਿਆਰ ਕਰੇ। ਤੇ ਉਹ ਦੂਰ ਬਚਪਨ ਚ ਗਵਾਚ ਗਿਆ ਨਿੱਕੇ ਨਿੱਕੇ ਦਾੜੀ ਵਾਲਾ ਉਹਦਾ ਪਿਓ ਉਹਨੂੰ ਪਹਿਲੀ ਜਮਾਤ ਚ ਦਾਖਲ ਕਰਾਉਣ ਗਿਆ ਤਾਂ ਮਾਸਟਰ ਮੁਲਖ ਰਾਜ ਅਮਰੀਕ ਦੀ ਪਿੱਠ ਥਾਪੜ ਦਿਆਂ ਕਹਿ ਰਿਹਾ ਸੀ ਆ ਵੇਖ ਤੇਰੇ ਜਿੱਡੇ ਸਾਰੇ ਮੁੰਡੇ ਆ ਵੇਖ ਖੁਸ਼ੀਏ ਖੋਤੀ ਦਾ ਮੁੰਡਾ ਤੇਰੇ ਤੋਂ ਵੀ ਛੋਟਾ ਹੈ ਉਹ ਮੁੰਡਿਓ ਅਮਰੀਕੇ ਦਾ ਪਿਓ ਵੀ ਮੇਰੇ ਕੋਲ ਪੜਦਾ ਰਿਹਾ ਤੇ ਜੇ ਹੁਣ ਅਮਰੀਕ ਸਿਓ ਸਰਦਾਰ ਵੀ ਪੜਿਆ ਕਰੂ ਤੇ ਪਤਾਸੇ ਵੰਡਣ ਤੋਂ ਬਾਅਦ ਮਾਸਟਰ ਨੇ ਜਦੋਂ ਉਦੇ ਪਿਓ ਤੋਂ 50 ਰੁਪਏ ਦਾ ਨੋਟ ਧਾਖਲ ਕਰਾਈ ਲਿਆ ਸੀ ਤਾਂ ਹੱਸ ਕੇ ਕਹਿਣ ਲੱਗਾ ਸੀ ਮਾਸਟਰ ਜੀ ਇਹਨੂੰ ਵੀ ਕਿਤੇ ਸਾਡੇ ਅਰਗਾ ਹੀ ਨਾ ਪੜਾਓ ਸਾਡੀ ਤਾਂ ਬੇੜੀ ਡੂਬਦੀ ਜੀ ਇਹਨੂੰ ਬੰਨੇ ਲਾ ਦਿਓ ਤੇ ਮੁਲਖ ਰਾਜ ਖੀ-ਖੀ ਕਰਕੇ ਹੱਸਦਾ ਕਹਿ ਰਿਹਾ ਸੀ ਆਜਾ ਪੁੱਤਰਾ ਬਾਜ ਆਜਾ ਤੇ ਅਮਰੀਕ ਨੂੰ ਲੱਗਾ ਉਹਦੇ ਪਿਓ ਉਹਦਾ ਪਿਓ ਵਗਦੇ ਦਰਿਆ ਚ ਉਹਨੂੰ ਕੱਲਿਆਂ ਛੱਡ ਕੇ ਪਰਲੇ ਬੰਨੇ ਤੇ ਖਲੋਤਾ ਹੱਸ ਰਿਹਾ ਸੀ ਕੱਕੀ ਦਾੜੀ ਨਿੱਕੇ ਨਿੱਕੇ ਮੁੱਛਾਂ ਵਾਲਾ ਜਿਹਨੂੰ ਕਦੀਓ ਬੜਾ ਪਿਆਰ ਕਰਦਾ ਸੀ ਜਿਹੜਾ ਅਜੇ ਵੀ ਛਾਲ ਮਾਰਦਾ ਸੀ ਤੇ ਸਾਰਿਆਂ ਦੇ ਅੱਗੇ ਡਿੱਗਦਾ ਸੀ ਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਆ ਹੁਣ ਸਾਥੋਂ ਛਾਲਾਂ ਕਿੱਥੇ ਵੱਜਦੀਆਂ ਬੁੱਢਿਆਂ ਬੰਦਿਆਂ ਤੋਂ ਤੇ ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ ਤੂੰ ਮਾਰਿਆ ਕਰ ਛਾਲਾਂ ਪੁੱਤਰਾ ਹੁਣ ਸਾਡੀ ਥਾਂ ਤੇ ਬੁੱਢਿਆਂ ਬੰਦਿਆਂ ਦੀ ਤੇ ਤੇ ਕਈ ਸਾਲ ਅਮਰੀਕੇ ਉਡੀਕਦਾ ਰਿਹਾ ਸੀ ਕਿ ਉਹਦਾ ਪਿਓ ਬੁੱਢਾ ਹੋਵੇ ਉਹਦੀ ਦਾੜੀ 'ਚ ਧੂੜ ਧੋਲੇ ਆਉਣ ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਦੇ ਪਿਓ ਬਾਰੇ ਪੁੱਛਦਾ ਤਾਂ ਇਹ ਆਖਦਾ ਉਹ ਤੇਰਾ ਵੱਡਾ ਭਰਾ ਹੈ ਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ ਉਹਦਾ ਪਿਓ ਪਿਓ ਕਿਉਂ ਨਹੀਂ ਲੱਗਦਾ ਭਰਾ ਕਿਉਂ ਲੱਗਦਾ ਤੇ ਉਹ ਸੋਚਦਾ ਸਾਰੇ ਪਿਓਆਂ ਨੂੰ ਸਿਆਣੇ ਸਿਆਣੇ ਧੋਲੀ ਦਾੜੀ ਵਾਲੇ ਹੋਣਾ ਚਾਹੀਦਾ ਤੇ ਛਾਵਾਂ ਮਾਰਦੇ ਉਹਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ ਪੁੱਤਰਾ ਔਨੀਆਂ ਗੱਲਾਂ ਤੈਨੂੰ ਤੇਰੇ ਸਿੰਗਾ ਤੇ ਐ ਅਜੇ ਜਦੋਂ ਸਿਰ ਤੇ ਪਈ ਫੇਰ ਵੇਖੀ ਦੇ ਸਿਸਾ ਪਿਓ ਦੇ ਸਿਰ ਨੂੰ ਜਿਹੜਾ ਸਿੰਗਾਪੁਰ ਸਿੰਗਾਪੁਰੋਂ 4 ਪੈਸੇ ਖਲਾਈ ਜਾਂਦਾ ਤੇ ਉਹ ਸੱਚੀ ਪਿਓ ਦੇ ਸਿਰ ਤੇ ਐਸ਼ ਲੈਂਦਾ ਰਿਹਾ ਸੀ ਜ਼ਮੀਨ ਹਿੱਸੇ ਠੇਕੇ ਤੇ ਦੇ ਛੱਡਦਾ ਆਪ ਪਿੰਡ ਦੀਆਂ ਢਾਣੀਆਂ ਚ ਦੋ ਘੋੜਾ ਬੋਸਕੀ ਦੀ ਲਿਸ਼ਕ ਦੀ ਕਮੀਜ਼ ਪਾਈ ਸਿਰ ਤੇ ਗਾਦਰੀ ਪੱਗ ਬੰਨੀ ਫਿਰਦਾ ਰਹਿੰਦਾ ਉਹਦੇ ਹੱਥਾਂ ਚ ਤੇਲ ਨਾਲ ਲਿਸ਼ਕ ਦੀ ਸੰਮਾ ਵਾਲੀ ਡਾਂਗ ਹੁੰਦੀ ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਹ ਤੋਂ ਖਾਂਦੇ ਰਹਿੰਦੇ ਤੇ ਅਮਰੀਕ ਨੂੰ ਯਾਦ ਸੀ ਉਹਦੇ ਪਿਓ ਨੇ ਨਿੱਕੇ-ਨਿੱਕੇ ਕਈ ਸ਼ੁਗਲਪਾਲ ਰੱਖੇ ਸੀ ਛਾਲਾ ਮਾਰਨ ਤੇ ਘੋਡੀ ਕੱਢਣ ਤੋਂ ਬਿਨਾਂ ਉਹਨੇ ਵਧੀਆ ਸ਼ਿਕਾਰੀ ਕੁੱਤੇ ਵੀ ਪਾਲ ਰੱਖੇ ਸੀ ਉਹ ਟਾਣੀਆਂ ਬਣ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਦੂਜੇ ਚੌਥੇ ਦਿਨ ਉਹਨਾਂ ਦੇ ਘਰ ਮਾਸ ਨੂੰ ਤੜਕੇ ਲੱਗਦੇ ਰਹਿੰਦੇ ਤੇ ਚੁਬਾਰੇ 'ਚ देर तਾਈਂ ਮਹਿਫਿਲ ਜੁੜੀ ਰਹਿੰਦੀ ਉਦੋਂ ਅਜੇ ਨਵੀਆਂ ਖਾਦਾਂ ਤੇ ਬੀਜ ਤੁਰੇ ਨਹੀਂ ਸੀ ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ ਸ਼ਾਇਦ ਉਹਨਾਂ ਜੀ ਵੀ ਬਹੁਤ ਆਮਦਨ ਕਮਾਉਣ ਵਾਲਾ ਦਾ ਰੁਝਾਨ ਨਹੀਂ ਸੀ ਇੰਜ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ਰਿਆਂ 'ਚ ਉਡਾ ਦਿੰਦਾ ਪਰ ਪਿੰਡ 'ਚ ਉਹਦੀ ਇੱਜ਼ਤ ਬਣੀ ਹੋਈ ਸੀ ਵਧੀਆ ਖਿਡਾਰੀ ਹੋਣ ਕਰਕੇ ਚਿੱਟੇ ਕੱਪੜਿਆਂ ਕਰਕੇ ਪੈਸੇ ਵਾਲੇ ਦਾ ਪੁੱਤ ਹੋਣ ਕਰਕੇ ਤੇ ਚਾਰ ਬੰਦੇ ਡਾਂਗਾ ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਹਨੂੰ ਲੜਾਉਂਦੇ ਰਹਿੰਦੇ ਉਹਦੀਆਂ ਗੂਰੀਆਂ ਗੱਲਾਂ ਥਪਕਦੇ ਉਹਦੇ ਪਿਓ ਨੂੰ ਮੁਖਾਤਬ ਹੁੰਦੇ ਤੇਰੀ ਜਨਾਨੀ ਸੂਏ ਵੱਦੀ ਸੂਏ ਵਧੀਆ ਸੌਂਦੀ ਏ ਮੁੱਛੇ ਇਹ ਅਮਰੀਕ ਜੋ ਥੋੜਾ ਥੋੜਾ ਸਿਆਣਾ ਹੋ ਗਿਆ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਕੰਨਾਂ ਤਾਂ ਹੀ ਲਾਲ ਹੋ ਜਾਂਦਾ ਇੰਜ ਕਰਤਾਰ ਸਿੰਘ ਦਾ ਪਿੰਡ ਚ ਟੌਰ ਸੀ ਤੇ ਉਹਦੇ ਕਰਕੇ ਅਮਰੀਕ ਦਾ ਸਕੂਲ ਚ ਕੋਈ ਨਿਆਣਾ ਉਹਨੂੰ ਮਾਰਦਾ ਨਹੀਂ ਸੀ ਚੰਗੇ ਕੱਪੜਿਆਂ ਵਾਲਾ ਹੋਣ ਕਰਕੇ ਸਾਰੇ ਉਹਨੂੰ ਯਾਰ ਬਣਾਉਣਾ ਲੋਚਦੇ ਮਾਸਟਰ ਉਹਨੂੰ ਪਿਆਰ ਕਰਦਾ ਸੀ ਅਮਰੀਕ ਉਹ ਦਿਨ ਯਾਦ ਕਰਕੇ ਸੋਚ ਰਿਹਾ ਸੀ ਕਾਸ਼ ਉਹਦਾ ਪਿਓ ਸਦਾ ਇਸ ਤਰ੍ਹਾਂ ਰਹਿੰਦਾ ਤੇ ਉਹ ਉਹਨੂੰ ਉਸੇ ਤਰ੍ਹਾਂ ਹੀ ਪਿਆਰ ਕਰਦਾ ਰਹਿੰਦਾ ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਟਾਣੀਆਂ 'ਚ ਫਿਰਨ ਤੋਂ ਵਰਜਦੀ ਰਹਿੰਦੀ। ਪਰੋਕੀ ਦੀ ਪਰਵਾਹ ਕਰਦਾ ਸੀ, ਪਤਨੀ ਨੂੰ ਤਾਂ ਜੁਰਤ ਹੀ ਨਹੀਂ ਸੀ ਕਿ ਉਹ ਸੱਗੇ ਵਸਰੇ। ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ? ਉਹਦਾ ਇਹ ਵਿਚਾਰ ਸੀ। ਤੇ ਇੰਜ ਦਿਨ ਗੁਜ਼ਰਦੇ ਜਾ ਰਹੇ ਸਨ। ਅਮਰੀਕ ਦਾ ਦਾਦਾ 2-4 ਸਾਲਾਂ ਬਾਅਦ ਕਿਧਰੇ ਆਉਂਦਾ ਸੀ। ਅਮਰੀਕ ਦੇ ਜੰਮਣ ਤੇ ਜਦੋਂ ਆਇਆ ਤਾਂ ਉਦੋਂ ਦੋ ਕੋਠੜੀਆਂ ਅੱਗੇ ਸੋਫਾ ਤੇ ਉਹ ਤੋਂ ਅੱਗੇ ਬਰਾਂਡਾ ਛਤਵਾ ਕੇ ਉੱਪਰ ਚ 12 ਪਵਾ ਗਿਆ ਸੀ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਵੀ ਫਜ਼ੂਲ ਖਰਚੀ 'ਚ ਪੈਸਾ ਘੱਟੋ-ਡਾਇਆ ਕਰੇ ਕੋਈ ਜ਼ਮੀਨ ਹੋਰ ਖਰੀਦ ਲਵੇ ਉਹ ਦੱਸਦਾ ਕਿਵੇਂ ਉਹ ਰੋਟੀ ਤਵਾਤਰ ਹੋ ਕੇ ਕਰਜ਼ੇ ਹੀਠਾਂ ਦੱਬੇ ਜਾਣ ਤੇ ਜ਼ਮੀਨ ਗਹਿਣੇ ਪੈ ਜਾਣ ਤੇ ਘਰੋਂ ਨਿਕਲਿਆ ਸੀ ਤੇ ਕਿਵੇਂ ਉਹਨੇ ਹੌਲੀ-ਹੌਲੀ ਗਹਿਣੇ ਪਈ ਸਾਰੀ ਪੈਲੀ ਛਡਵਾਈ ਸੀ ਉਹ ਬਾਹਰਲੇ ਮੁਲਕਾਂ 'ਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ 'ਚ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੇ ਜਿੱਥੇ ਫੋਕੀ-ਫੂਂਫਾ ਦੇ ਕੋਈ ਅਰਥ ਨਹੀਂ ਸੀ ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਹਨੇ ਚਬਾਰੇ 'ਚ ਬੈਠੀ ਟਾਣੀ ਦੇ ਸਾਹਮਣੇ ਹੱਸਦਿਆਂ ਹੋਇਆ ਉਹਦੇ ਪਿਓ ਨੂੰ ਆਖਿਆ ਸੀ ਉਹ ਕਰਤਾਰ ਸਿੰਘ ਜਦੋਂ ਮੈਂ ਆਉਣਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ ਪਰ ਤੂੰ ਕਿਤੇ ਵਿਲੇ ਵੇਲੇ ਸੋਫੀ ਹਾਲਤ 'ਚ ਹੋਵੇਂ ਤਾਂ ਐ ਨਾ ਕਰ ਤੂੰ ਜਿਹੜੀ ਕਰਨੀ ਹੈ ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਹੈ ਤੇਰੇ ਸਿਰ ਤੇ ਬਜ਼ੁਰਗਾ ਐਸ਼ ਕਰਦੇ ਆ ਪੁੱਜੇ ਆਉਂਦਾ ਰਹੇ ਬੁੱਢੇ ਨੇ ਵੀ ਛਿੱਟ ਮੂੰਹ ਨੂੰ ਲਾਈ ਸੀ ਦਿਲ ਦੀ ਕੀ ਕਰਨੀ ਹੈ ਤੇ ਕੀ ਨਾ ਕਰਨੀ ਆ ਮੈਂ ਏਡੇ ਏਡੇ ਮਕਾਨ ਤੈਨੂੰ ਪਾ ਕੇ ਦਿੱਤੇ ਸਹਰਿਆ ਮੈਂ ਆ ਨਾ ਕਿਤੇ ਮੇਰੇ ਜੀਉਂਦੇ ਜੀ ਇਹਨਾਂ ਨੂੰ ਕਲੀ ਕਰਾ ਛੱਡ ਤੇ ਸਾਰੀ ਢਾਣੀ ਚ ਠੱਠਾ ਮਚ ਗਿਆ ਸੀ ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਏ ਨਾ ਹੀ ਜ਼ਮੀਨ ਖਰੀਦੀ ਤੇ ਉਦੋਂ ਹੀ ਛੁੱਟੀ ਕੱਟ ਕੇ ਗਿਆ ਉਹਦਾ ਪਿਉ ਤੀਸਰੇ ਚੌਥੇ ਮਹੀਨੇ ਚੜਾਈ ਕਰ ਗਿਆ ਹੱਸਦੇ ਖੇੜਦੇ ਕਰਤਾਰ ਸਿੰਘ ਦੇ ਸਿੰਘਾਂ ਤੋਂ ਸਿਰ ਤੇ ਪੈ ਗਈ ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਸੀ ਤੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਉਹਨੂੰ ਸਲਾਹ ਦਿੱਤੀ ਉਹ ਬੰਦਾ ਰੱਖ ਕੇ ਆਪ ਹੀ ਵਾਈ ਕਰਾਏ ਤਾਂ ਹੀ ਗੁਜ਼ਾਰਾ ਚੱਲੂਗਾ ਤੇ ਅਮਰੀਕ ਨੂੰ ਇਹ ਵੀ ਕੱਲ ਵਾਂਗ ਯਾਦ ਸੀ ਉਹਦਾ ਪਿਓ ਤੇ ਮਾਮਾ ਬੀਕਰਨੇਰ ਚ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ ਲਿਸ਼ ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਪਿੰਡ ਮੁਕਾਬਲੇ 'ਚ ਜੁਪੇ ਸੀ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੜੀ ਸੀ ਭਾਵੇਂ ਕਰਤਾਰ ਸਿੰਘ ਦੇ ਸਿਰ ਤੇ ਪੈ ਗਈ ਸੀ ਪਰ ਫੇਰ ਵੀ ਆਪਣੇ ਕੱਪੜੇ ਚਿੱਟੇ ਦੁੱਧ ਧੋਤੇ ਰੱਖਦਾ ਉਹਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਬੰਦਾ ਰੱਖ ਕੇ ਵਾਈ ਕਰਾਉਂਦਾ ਤੇ ਆ ਪੱਠੇ ਲਿਆ ਛੱਡਦਾ ਫਿਰ ਖੁੰਡਾਂ ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ ਘਰ ਦੇ ਵੀ ਸਮਝਾਉਂਦੇ ਤੇ ਬਾਹਰ ਦੇ ਵੀ ਵਾਈਆਂ ਮਿੱਟੀ ਨਾਲ ਮਿੱਟੀ ਹੋਆਂ ਹੁੰਦੀਆਂ ਨੇ ਬਗਾਨੇ ਪੁੱਤ ਸਿਰ ਤੇ ਹੋਆਂ ਬਿਨਾਂ ਕੰਮ ਨਹੀਂ ਕਰਦੇ ਇੰਜ ਝੱਟ ਨਹੀਂ ਸਰਨਾ ਤੇ ਅਮਰੀਕ ਦੀ ਦਾਦੀ ਰਾਤ ਨੂੰ ਦੇਰ ਤੱਕ ਘਰ ਨਾ ਆਉਣ ਤੇ ਬਾਹਰ ਟਾਣੀਆਂ 'ਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ ਦੀ ਔਖੀ ਹੁੰਦੀ ਨਰਛਾ ਬੰਦਿਆਲੇ ਚਾਲੇ ਫੜ ਧੀਆ ਪੁੱਤਾਂ ਵਾਲਾ ਹੋ ਗਿਆ ਕੰਮ ਕੀਤੇ ਬਿਨਾਂ ਨਹੀਂ ਫੈਲਸੂਫੀਆਂ ਪੁੱਗੜੀਆਂ ਇਹ ਪੁਗ ਜਾਣਗੇ ਆ ਬੁੱਢੜੀਏ ਆਪੇ ਪੁਗ ਜਾਣਗੇ ਆ ਤੂੰ ਚਿੰਤਾ ਨਾ ਕਰ ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਦੀ ਆਖਦਾ ਜੋ ਕਿਨੇ ਚਿਰ ਦੀ ਚੌਂਕੇ 'ਚ ਬੈਠੀ ਉਹਨੂੰ ਡੀਕ ਰਹੀ ਹੁੰਦੀ ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ ਪ੍ਰਸ਼ਾਦ ਦੇ ਗਰਮ ਕਰ ਕਰਕੇ ਖਵਾਉਣੀ ਐ ਇਹ ਵਿਗੜੇ ਕਿਉਂ ਨਾ ਜਦੋਂ ਆਵੇ ਠੰਡਾ ਤੋਸਾ ਮਾਰਿਆ ਕਰ ਮੱਥੇ ਵੇਖ ਲਈ ਨਹੀਂ ਤੇ ਔਖੀ ਹੋਏਗੀ ਬੁੱਢੜੀ ਆਖਦੀ ਤੇ ਠੀਕ ਹੀ ਉਹਦੀ ਮਾਂ ਬੜੀ ਔਖੀ ਹੋਈ ਸੀ ਅਮਰੀਕ ਦੇ ਬਾਲ ਮੰਨ ਤੇ ਉਹ ਰਾਤ ਉੱਕਰੀ ਹੋਈ ਸੀ ਜਦੋਂ ਗਵਾਂਡੀਆਂ ਦੀ ਕੁੜੀ ਬੀਰੂ ਕੋਲੋਂ ਬਾਤਾਂ ਸੁਣ ਰਹੀ ਸੀ ਤੇ ਉਹਨਾਂ ਦੇ ਘਰ ਚੀਕ ਚਿਹੜਾ ਮਚ ਗਿਆ ਸੀ ਬੀਰੂ ਭੁੜ ਕੇ ਮੰਜੇ ਤੋਂ ਉੱਠੀ ਤੇ ਉਹ ਦੇ ਪਿੱਛੇ ਅਮਰੀਕ ਦੌੜ ਗਿਆ ਘਰ ਚ ਕੋਹਰਾ ਮਚਿਆ ਹੋਇਆ ਸੀ ਨਿਆਣੇ ਰੋ ਰਹੇ ਸਨ ਕਰਤਾਰ ਸਿੰਘ ਹੱਥ 'ਚ ਕੱਪੜੇ ਧੋਣ ਵਾਲੀ ਥਾਪੀ ਲਈ ਬੋਟੀ ਨੂੰ ਕੁੱਟੀ ਜਾ ਰਿਹਾ ਸੀ ਉਸ ਰੱਜ ਕੇ ਸ਼ਰਾਬ ਪੀਤੀ ਸੀ ਤੇ ਬਿਨਾਂ ਕੋਈ ਗੱਲ ਕੀਤੇ ਆ ਤੈਂ ਤੈਂ ਜੜੀ ਜਾ ਰਿਹਾ ਸੀ ਆਂਢੀ ਗੋਂਢੀ ਇਕੱਠੇ ਹੋ ਗਏ ਉਹਨਾਂ ਮਸਰ ਹੁੰਦੀ ਜਗੀਰਕੌਰ ਨੂੰ ਬਚਾਇਆ ਤੇ ਕਰਤਾਰ ਸਿੰਘ ਨੂੰ ਧੋਕੇ ਡੰਗਰਾ ਅੱਗੇ ਬਾਹਰ ਉਹਦੀ ਮੰਜੀ ਤੇ ਲੈ ਗਏ ਰੋਂਦੀ ਹੋਈ ਜਗੀਰਕੌਰ ਕਹਿ ਰਹੀ ਸੀ ਦੱਸੋ ਮੈਂ ਕੀ ਕਸੂਰ ਕੀਤਾ ਮੈਂ ਉਹ ਆਖਿਆ ਵੀ ਜੱਟਾ ਉਤੋਂ 100 ਖਰਚ ਬਸਿਰਤੇ ਪਾਇਆ ਤੇ ਤੂੰ ਸ਼ਰਾਬਾਂ ਪੀਂਦਾ ਫਿਰਦਾ ਜਦੋਂ ਪੁੱਗਦੀ ਸੀ ਪੀ ਲਈ ਹੁਣ ਨਹੀਂ ਸਾਥੋਂ ਪੁੱਗਦੀ ਨਾ ਵੇਖਿਆ ਨਾ ਤਾਂ ਮੇਰੀਆਂ ਮੋਰਾਂ ਸੇਕਦੀਆਂ ਧੰਨਵਾਦ ਚਲਦਾ